ਇਸ ਐਕਸੀਡੈਂਟ ਹੋਈ ਗੱਡੀ ਦੇ ਮੀਟਰ ਨੂੰ ਧਿਆਨ ਨਾਲ ਦੇਖੋ। ਇਸ ਦੇ ਮੀਟਰ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਤੇ ਰੁਕੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਕਿਸੇ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਉਸ ਦੀ ਰਫ਼ਤਾਰ ਦੀ ਸੂਈ ਜਿੱਥੇ ਹੁੰਦੀ ਹੈ ਉੱਥੇ ਹੀ ਰੁਕ ਜਾਂਦੀ ਹੈ, ਜਿਸ ਤੋਂ ਬਾਅਦ ਜਾਂਚ ਦੇ ਵਿੱਚ ਇਹ ਫਾਇਦਾ ਹੁੰਦਾ ਹੈ ਜਾਂਚ ਦੀ ਟੀਮ ਨੂੰ ਕਿ ਪਤਾ ਚੱਲ ਜਾਂਦਾ ਹੈ ਕਿ ਜਿਸ ਵੇਲੇ ਗੱਡੀ ਕਿਸੇ ਚੀਜ਼ ਦੇ ਨਾਲ ਟਕਰਾਈ ਜਾਂ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਤੇ ਉਦੋਂ ਗੱਡੀ ਦੀ ਰਫ਼ਤਾਰ ਕਿੰਨੀ ਸੀ। ਤਾਂ ਤੁਸੀਂ ਇਹ ਗੱਡੀ ਦੀ ਰਫ਼ਤਾਰ ਦੇਖ ਲਈ, 130 ਕਿਲੋਮੀਟਰ ਪ੍ਰਤੀ ਘੰਟਾ ਇਸ ਦੀ ਰਫ਼ਤਾਰ ਸੀ। ਇਸ ਦੇ ਵਿੱਚ ਨੌਜਵਾਨ ਸਵਾਰ ਸੀ, ਨਾਲ ਇੱਕ 11ਵੀਂ ਕਲਾਸ ਦੀ ਕੁੜੀ ਸੀ ਜਿਸਨੇ ਰਾਹ ਦੇ ਵਿੱਚ ਲਿਫਟ ਲਈ। ਤਾਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਇਸ ਨੌਜਵਾਨ ਦਾ ਜਿਹੜਾ ਬੈਲੈਂਸ ਗੱਡੀ ਤੋਂ ਵਿਗੜ ਜਾਂਦਾ ਹੈ, ਜਿਸ ਕਰਕੇ ਗੱਡੀ ਸਿੱਧਾ ਜਾ ਕੇ ਰੁੱਖ ਦੇ ਵਿੱਚ ਵੱਜਦੀ ਹੈ। ਦਰਖਤ ਵਿੱਚ ਵੱਜਣ ਕਾਰਨ ਗੱਡੀ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਕੀ ਹੋਇਆ ਹੈ। ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਹੈ। ਤਾਂ ਅਬੋਹਰ ਦੇ ਪਿੰਡ ਬਜੀਤਪੁਰ ਕਟੀਆਂ ਵਾਲੀ ਨੇੜੇ ਇਹ ਹਾਦਸਾ ਵਾਪਰਿਆ ਹੈ। ਦਰਖਤ ਦੇ ਨਾਲ ਬੇਕਾਬੂ ਕਾਰ ਟਕਰਾਈ ਹੈ। ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਅਤੇ ਦੂਜੀ ਕੁੜੀ ਹੈ ਜਿਹੜੀ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਰਾਹ ਦੇ ਵਿੱਚ ਦਿੱਲੀ ਨੰਬਰ ਗੱਡੀ ਦੇਖ ਕੇ ਕੁੜੀ ਨੇ ਇਸ ਨੌਜਵਾਨ ਦੇ ਕੋਲੋਂ ਲਿਫਟ ਲਈ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਕਾਲ ਇੰਤਜ਼ਾਰ ਕਰ ਰਿਹਾ ਹੈ ਅੱਗੇ ਉਸਦਾ। ਇਸ ਨੌਜਵਾਨ ਜੋ ਕਿ ਕਾਫੀ ਤੇਜ਼ੀ ਦੇ ਨਾਲ ਇਹ ਗੱਡੀ ਚਲਾ ਰਿਹਾ ਸੀ, 130 ਕਿਲੋਮੀਟਰ ਪ੍ਰਤੀ ਘੰਟਾ 'ਤੇ ਇਹ ਗੱਡੀ ਦੌੜਾ ਰਿਹਾ ਸੀ। ਅਚਾਨਕ ਡਿਸਬੈਲੈਂਸ ਹੁੰਦਾ ਹੈ ਤਾਂ ਸਿੱਧਾ ਜਾ ਕੇ ਗੱਡੀ ਦਰਖਤ ਦੇ ਵਿੱਚ ਵੱਜਦੀ ਹੈ, ਜਿਸ ਤੋਂ ਬਾਅਦ ਗੱਡੀ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਕੀ ਹੋਇਆ ਹੈ। ਤਾਂ ਮੌਕੇ 'ਤੇ ਮੌਜੂਦ ਹੈ ਚਸ਼ਮਦੀਦਾ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਕੁੜੀ ਦਾ ਨਾਮ ਸ਼ਾਲੂ ਆ, ਪਿਓ ਦਾ ਨਾਮ ਲੇਖਰਾਜ ਆ, ਅਤੇ ਗੱਡੀ ਪੂਰੀ ਸਪੀਡ ਦੇ ਵਿੱਚ ਸੀ, ਨਾ ਕਾਬੂ ਹੋਣ ਕਰਕੇ ਗੱਡੀ ਸਪੀਡ ਦੇ ਵਿੱਚ ਵੱਜੀ ਆ, ਕਿੱਕਰ ਟੁੱਟ ਕੇ ਇੱਥੇ ਆ ਗਈ ਆ। ਮੁੰਡੇ ਨਾਲ ਗੁਰਬਾ ਘੋੜੇ ਲਾ, ਪਰਿਵਾਰ ਆ ਪਿੰਡ ਘੱਲੂ ਤੋਂ, ਕੁੜੀ ਖਾਟਵਾਂ ਦੀ ਹੈ। ਕੁੜੀ ਤਾਂ ਪਿੰਡ ਆਉਣ ਵਾਸਤੇ ਖੜੀ ਸੀ, ਉੱਥੇ ਸਕੂਲੋਂ ਆਈ ਸੀਗੀ, ਮਜੀਤਪੁਰੇ ਪੜ੍ਹਦੀ ਜੀ। ਹਾਂ, ਮੁੰਡਾ ਤਾਂ ਮਰ ਗਿਆ ਅਤੇ ਕੁੜੀ ਦੇ ਸੱਟ ਵਾਹਵਾ ਵੱਜੀ ਹੈ, ਸਿਰ ਪਾੜਿਆ ਉਹਦੇ, 25-26 ਟਾਂਗ 'ਚ ਆਏ। ਮੈਂ ਮੌਕੇ ਦੇ ਕੋਲ ਉੱਥੇ ਹੋਸਪਿਟਲ ਦਾਖਲ ਕਰਵਾ ਕੇ ਆਉਣਾ। ਇੱਥੇ ਐਕਸੀਡੈਂਟ ਹੋਇਆ ਆਪਣੇ ਮਜੀਤਪੁਰੇ ਅਤੇ ਮੰਮੂ ਖੜੇ ਦੇ ਵਿਚਾਲੇ ਹੱਦ 'ਤੇ। ਇਹ ਸੌਰਵ ਨਾਮ ਦਾ ਕੋਈ ਘੱਲੂ ਦਾ ਲੜਕਾ ਸੀ ਜੋ ਕਾਰ ਲੈ ਕੇ ਆ ਰਿਹਾ ਸੀ ਮਜੀਤਪੁਰੇ ਤੋਂ, ਅਤੇ ਇਹ ਖੱਡੇ 'ਚ ਵੱਜਣ ਦੇ ਕਾਰਨ ਉਹ ਬੈਲੈਂਸ ਵਿਗੜ ਗਿਆ ਅਤੇ ਗੱਡੀ ਸੰਭਲੀ ਨਹੀਂ ਗਈ, ਦਰਖਤ ਦੇ ਵਿੱਚ ਵੱਜੀ ਅਤੇ ਉਹਦੀ ਮੌਕੇ 'ਤੇ ਮੌਤ ਹੋ ਗਈ ਆ। ਲੜਕੀ ਸੀ ਖਾਟਾਂ ਦੀ, ਉਹ ਮਜੀਤਪੁਰੇ ਚੜ੍ਹੀ ਸੀ ਅਤੇ ਸਕੂਲ ਦੀ, ਉਹ ਉਹਦੇ ਵੀ ਸੱਟਾਂ ਵੱਜੀਆਂ ਨੇ, ਸਿਰ ਪੱਟਿਆ, ਕੋਈ 25 ਟਾਂਕੇ ਦੱਸਦੀ ਲੱਗੇ ਆ। ਕੁੜੀ ਦਾ ਨਾਮ ਸ਼ਾਲੂ ਹੈਗਾ ਜੀ, ਅਤੇ ਮੁੰਡਾ ਜਿਹੜਾ ਉੱਥੋਂ ਪਹਿਲਾਂ ਨਿਆਲਕਰੇ ਤੋਂ ਦੋ ਮੁੰਡੇ ਚੜ੍ਹੇ ਨੇ ਸਾਡੇ ਗੁਆਂਢ 'ਚ ਹੀ, ਰਜਿੰਦਰ ਕੁਮਾਰ ਦੇ, ਉਹ ਉੱਥੇ ਵਜੀਤਪੁਰ ਆ ਕੇ ਲੈ ਗਏ ਜਦੋਂ ਬੈਲੈਂਸ ਵੇਖਿਆ ਗੱਡੀ ਦਾ ਨਹੀਂ ਸਹੀ ਚੱਲ ਰਹੀ, ਉਹ ਲੈ ਗਏ ਸੀਗੇ। ਉਹ ਗੁੱਡੀਆ ਉੱਥੋਂ ਚੜ੍ਹੀ ਵਜੀਤਪੁਰੋਂ ਅਤੇ ਇੱਥੇ ਆ ਕੇ ਐਕਸੀਡੈਂਟ ਹੋ ਗਿਆ। ਸਵੇਰ ਦਾ ਫੁੱਲ ਲੱਗੀ ਹੈ ਜਦੋਂ ਦਿਸੀ ਜਾਂਦਾ 20 ਫੁੱਟ, ਉਹ ਕਹਿੰਦੇ ਉੱਚੀ ਉਛੜੀ ਆ ਦਰਖਤ 'ਤੇ ਵੱਜ ਕੇ। ਇਹ ਰੋਡ ਸਾਈਡ ਐਕਸੀਡੈਂਟ ਹੋਇਆ ਸੀ ਪਿੰਡ ਮੰਮੂ ਖੇੜਾ ਖਾਟਵਾਂ ਦੇ ਕੋਲ। ਕੁੜੀ ਦਾ ਨਾਮ ਹੈ ਜੀ, ਬੱਚੀ ਦਾ ਸ਼ਾਲੂ ਆ, ਉਹਨਾਂ ਦੇ ਪਿਤਾ ਜੀ ਦਾ ਨਾਮ ਲੇਖਰਾਜ ਆ, ਅਤੇ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਇਆ ਸੀ। ਉਹਨਾਂ ਦੇ ਸਿਰ ਦੀ ਸੱਟ ਆ, ਮਤਲਬ ਟ੍ਰੀਟਮੈਂਟ ਚੱਲ ਰਿਹਾ ਸਾਰਾ, ਉਸ ਤੋਂ ਬਾਅਦ ਫਿਰ ਅੱਗੇ ਸਿਟੀ ਸਕੈਨ ਵਗੈਰਾ ਦਾ ਕੰਮ ਹੈ। ਕਹਿ ਰਿਹਾ ਜੀ ਕਾਰ 'ਚ ਸੀਗੇ ਬੱਚੇ, ਅਤੇ ਕਾਰ ਦਾ ਕੋਈ ਅਨਕੰਟਰੋਲ ਹੋਈ ਆ ਕਿ ਜਾਂ ਜੋ ਵੀ ਹੋਇਆ ਉਹ ਮਤਲਬ ਬਾਅਦ 'ਚ ਪਤਾ। ਹਾਂ, ਸੁਣਨ 'ਚ ਆਇਆ ਜੀ ਜਿਹੜੇ ਇਹਨਾਂ ਦੇ ਨਾਲ ਆਏ ਆ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਹਨਾਂ ਦੇ ਨਾਲ ਇੱਕ ਹੋਰ ਸੀਗਾ ਕੋਈ ਨਾਲ ਬੈਠੇ ਸੀ ਇਹਨਾਂ ਦੇ ਨਾਲ ਕਾਰ 'ਚ, ਉਹਨਾਂ ਦੀ ਡੈਥ ਹੋਈ ਆ ਜੀ, ਪਰ ਉਹ ਹਜੇ ਤੱਕ ਬੋਡੀ ਲੈ ਕੇ ਨਹੀਂ ਆਏ ਸਾਡੇ।